ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਪਰ ਉਹ ਗੱਲਾਂ ਆਈਆਂ ਨੇ, ਦਿਸ ਮੈਟਰ ਇਜ਼ ਗੋਇੰਗ ਟੂ ਗੋ ਵੈਰੀ ਹਾਈ। ਇਹ ਪਹਿਲਾਂ ਹੀ ਆਦੇ ਰਹਿ ਗਿਆ ਕਿ ਬਾਦਲਾਂ ਨੂੰ ਅੰਦਰ ਦੇਣਾ। ਚੀਫ ਮਿਨਿਸਟਰ ਤੇ ਉਹਦੇ ਮੰਤਰੀਆਂ ਨੇ ਆਪ ਪਲਾਨ ਕਰਕੇ ਸਾਰਾ ਕਰ ਰਹੇ ਹੈ। ਤੇ ਬਾਦ ਸੀਐਮ ਸਾਹਿਬ ਨੇ ਹਾਊਸ ਵਿੱਚ ਕਿਸੇ ਬਾਦਲ ਦਾ ਨਾਂ ਨਹੀਂ ਲਿਆ, ਤੁਸੀਂ ਆਪ ਨਾਂ ਲੈ ਰਹੇ ਹੋ। ਤੇ ਮੈਂ ਬਿਲਕੁਲ ਤਿਆਰੀ ਆਪਦੀ ਕਿੱਟ ਲੈ ਕੇ ਆਇਆ। ਦੋਸ਼ੀਆਂ ਨੂੰ ਜੇਲ੍ਹ 'ਚ ਵਰਦੀਆਂ ਮਿਲਦੀਆਂ ਹੁੰਦੀਆਂ ਨੇ, ਤੁਹਾਡੀ ਵਾਲੀ ਵਰਦੀ ਤਿਆਰ ਪਈ ਹੈ। ਤੁਸੀਂ ਗੁਰੂ ਸਾਹਿਬ ਦੀ ਜਦ ਮੁੱਖ ਮੰਤਰੀ ਤੇ ਉਹਨਾਂ ਦੀ ਲੀਡਰਸ਼ਿਪ ਖੁਦ ਹੀ ਕਹਿ ਰਹੀ ਹੈ ਜਦੋਂ ਤੋਂ ਸਰਕਾਰ ਬਣੀ ਹੈ ਕਿ ਬਾਦਲਾਂ ਨੂੰ ਅੰਦਰ ਕਰਨਾ ਹੈ, ਬਾਦਲਾਂ ਨੂੰ, ਜਿਹਦੇ ਕਰਕੇ ਇੱਕ ਤੋਂ ਬਾਅਦ ਇੱਕ ਕਦੇ ਇੱਕ ਕਮਿਸ਼ਨ ਬਿਠਾਈ ਜਾਂਦੀ ਹੈ ਖਹਿਰੇ ਤੇ ਖਹਿਰੇ ਦੇ ਰਿਸ਼ਤੇਦਾਰ ਦੀ, ਜਿੱਥੇ ਖਹਿਰਾ ਤੇ ਉਹ ਕਰਮ ਕਿਆਲੀ ਸਾਰੇ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਨਾਲ ਸਾਜ਼ਿਸ਼ਾਂ ਰਚਦੇ ਨੇ। ਕਮਿਸ਼ਨ ਦੀ ਰਿਪੋਰਟ ਜਿਵੇਂ ਮੈਂ ਕਿਹਾ ਵਿਧਾਨ ਸਭਾ ਤੋਂ ਆਉਣ ਤੋਂ ਪਹਿਲੇ ਹੀ ਮੰਤਰੀ ਦੇ ਘਰੇ ਪਹੁੰਚ ਜਾਂਦੀ ਹੈ ਚੈਕਿੰਗ ਵਾਸਤੇ, ਤਾਂ ਉਹ ਮੀਡੀਆ ਨੂੰ ਦੱਸਦਾ ਹੈ ਕਿ ਰਿਪੋਰਟ 'ਚ ਕੀ ਹੈਗਾ। ਫਿਰ ਉਸ ਰਿਪੋਰਟ ਦੇ ਆਧਾਰ 'ਚ ਸਾਰੀ ਵਿਧਾਨ ਸਭਾ 'ਚ ਲੋਕਾਂ ਦੀ ਤਕਲੀਫਾਂ ਨਹੀਂ ਲੇਕਿਨ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਭੰਡਣ ਵਾਸਤੇ ਸਰ, ਤਾਂ ਹੀ ਮੈਂ ਕਹਿੰਦੀ ਹਾਂ ਕਿ ਜੇ ਕਿਸੇ ਦੇ ਕੋਲ ਇੱਕ ਸਬੂਤ ਹੈਗਾ, ਬਥੇਰਾ ਭੰਡ ਲਿਆ, 4 ਸਾਲ ਭੰਡਦੇ ਹੋਏ ਤੁਹਾਡੇ ਨਿਕਲ ਗਏ, ਜੇ ਤੁਹਾਡੇ ਕੋਲ ਇੱਕ ਇੰਨਾ ਕਤਰਾ ਭਰ ਵੀ ਸਬੂਤ ਹੈਗਾ ਕਿ ਪਰਿਵਾਰ ਨੇ ਨਸ਼ੇ ਬਕਾਏ, ਅੱਜ ਤੋਂ ਵੱਡੇ ਵੱਡੇ ਲੀਡਰ ਮਾਫ਼ੀ ਮੰਗ ਰਹੇ ਨੇ ਨਾ ਜਿਹਦੇ ਕਰਕੇ ਇਲੈਕਸ਼ਨ ਨੇ ਜਿੱਤੇ ਨੇ, ਜੇ ਇੱਕ ਵੀ ਸਬੂਤ ਹੈਗਾ ਕਿ ਕਿਸੇ ਨੇ ਨਸ਼ੇ ਬਚਾਏ, ਕਿਸੇ ਨੇ ਗੋਲੀ ਚਲਵਾਈ, ਕਿਸੇ ਨੇ ਬੇਅਦਬੀ ਕਰੀ, ਤਾਂ ਅਦਾਲਤ 'ਚ ਜਾ ਕੇ ਸਾਨੂੰ ਅੰਦਰ ਕਰਵਾਓ ਨਾ। ਆਪ ਦਾ ਡਰਾਮਾ ਕਿਉਂ ਰਚੀ ਜਾ ਰਹੇ ਹੋ? ਇਹ ਸਾਰੇ ਸਿਆਸੀ ਖੇਡ ਕੀਤਾ ਜਾ ਰਿਹਾ ਹੈ। ਆ ਸਾਰਾ ਜਿੰਨਾ ਡਰਾਮਾ ਕੀਤਾ ਹੈ, ਭਾਵੇਂ ਜਸਟਿਸ ਰਣਜੀਤ ਸਿੰਘ ਦਾ ਬੰਦ ਕਰਵਾ ਦਿਓ, ਭਾਵੇਂ SIT, ਕੋਈ SIT ਨਹੀਂ, ਕੋਈ ਜਸਟਿਸ ਰਣਜੀਤ ਸਿੰਘ, ਆ ਚੀਫ ਮਿਨਿਸਟਰ ਤੇ ਉਹਦੇ ਮੰਤਰੀਆਂ ਨੇ ਆਪ ਪਲਾਨ ਕਰਕੇ ਸਾਰਾ ਕਰ ਰਹੇ ਹੈ, ਨਾ ਸਾਨੂੰ ਕੋਈ ਪਰਵਾਹ। ਪਾਲ ਸਾਹਿਬ ਨੇ ਕਲੀਅਰ ਕੀਤਾ ਕਿ ਜੇ ਤੁਸੀਂ ਡਰਾਮਾ ਹੀ ਕਰਨਾ, ਝੂਠ ਦਾ ਤੁਸੀਂ ਬਣਾਉਣਾ ਹੈ, ਜੇ ਹਿੰਮਤ ਕਰੋ। ਬਾਦਲ ਸਾਹਿਬ ਨੂੰ ਹੁਣ ਹਰ ਗੱਲ ਡਰਾਮਾ ਲੱਗਦਾ। ਬਾਦਲ ਸਾਹਿਬ ਦੀ ਇਨਐਕਸ਼ਨ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ। ਜਦੋਂ ਬਹਿਬਲ ਕਲਾਂ ਦਾ ਮਸਲਾ ਉੱਠਿਆ, ਮੁਕਤਸਰ ਦਾ ਮਸਲਾ ਉੱਠਿਆ, ਉਦੋਂ ਪਿੱਛੋਂ ਬਾਦਲ ਸਾਹਿਬ ਕੋਲ 1.5 ਸਾਲ ਸੀਗਾ। 1.5 ਸਾਲ ਦੇ ਵਿੱਚ ਉਹਨਾਂ ਇੱਕ ਜੱਜ ਵੀ ਨਿਯੁਕਤ ਕੀਤਾ, ਉਸ ਜੱਜ ਨੇ ਰਿਪੋਰਟ ਵੀ ਦਿੱਤੀ। ਬਾਦਲ ਸਾਹਿਬ ਨੂੰ ਪੁੱਛਣਾ ਉਹ ਰਿਪੋਰਟ ਕਿਉਂ ਨਹੀਂ ਛਾਇਆ ਕੀਤੀ, ਉਹ ਰਿਪੋਰਟ ਪਬਲਿਕ ਕਿਉਂ ਨਹੀਂ ਹੋਈ। ਬਾਦਲ ਸਾਹਿਬ ਨੇ ਇੱਕ ਸਿੱਟ ਵੀ ਬਣਾਈ ਸੀਗੀ, ਉਸ ਸਿੱਟ ਦੀ ਇੱਕ ਮੀਟਿੰਗ ਵੀ ਨਹੀਂ ਹੋਈ। ਬਾਦਲ ਸਾਹਿਬ ਇੰਨਾ ਗੱਲਾਂ ਦਾ ਜਵਾਬ ਦੇ ਦੇਣ? ਬਾਦਲ ਸਾਹਿਬ ਨੂੰ ਪਤਾ ਵੀ ਸਿਆਸੀ ਸਿੱਟ ਨਹੀਂ ਬਣਦੀ ਹੁੰਦੀ, ਸਿੱਟ ਅਫਸਰਾਂ ਦੀ ਬਣੀ ਹੈ, ਉਹਦਾ ਕੰਮ ਚੱਲ ਰਿਹਾ ਵਧੀਆ ਤਰੀਕੇ ਨਾਲ ਚੱਲ ਰਿਹਾ। ਜਿਹਦੇ ਖਿਲਾਫ਼ ਵੀ ਸਬੂਤ ਮਿਲੇਗਾ ਉਹਦੇ 'ਤੇ ਐਕਸ਼ਨ ਹੋਵੇਗਾ। ਅਸੀਂ ਤਾਂ ਕਦੇ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜਾਂ ਕਿਸੇ ਹੋਰ ਦਾ ਨਾਂ ਨਹੀਂ ਲਿਆ। ਉਹਨਾਂ ਨੂੰ ਕੋਈ ਵਹਿਮ ਜਾਂ ਯਕੀਨ ਹੋ ਸਕਦਾ ਜਾਂ ਉਹਨਾਂ ਨੂੰ ਅੰਦਰ ਪਤਾ ਹੋਊਗਾ ਵੀ ਉਹਨਾਂ ਨੇ ਕੁਝ ਕੀਤਾ। ਅਤੇ ਬਾਅਦ CM ਸਾਹਿਬ ਨੇ ਹਾਊਸ ਵਿੱਚ ਕਿਸੇ ਬਾਦਲ ਦਾ ਨਾਂ ਨਹੀਂ ਲਿਆ, ਤੁਸੀਂ ਆਪ ਨਾਂ ਲੈ ਰਹੇ ਹੋ। ਉਹਨਾਂ ਆਖਿਆ ਵੀ ਜਿਸ ਲੈਵਲ ਤੱਕ ਜੇ ਸਿੱਟ ਜਾਏਗੀ, ਜੇ ਕਿਸੇ ਦਾ ਖਿਲਾਫ਼ ਸਬੂਤ ਮਿਲੇਗਾ ਉਹਨੂੰ ਗ੍ਰਿਫਤਾਰ ਕੀਤਾ ਜਾਏ। ਹੁਣ ਵਾਰੀ ਜਿਹੜੀ ਹੈ ਉਹ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਹੋਣੀ ਚਾਹੀਦੀ ਹੈ। ਪ੍ਰਕਾਸ਼ ਸਿੰਘ ਬਾਦਲ ਆਪਦੇ 80ਵੇਂ ਜਿਹੜੇ ਦਹਾਕਾ ਸੀ ਉਹਦੇ ਅੰਦਾਜ਼ 'ਚ ਕੱਲ੍ਹ ਪ੍ਰੈਸ ਕਾਨਫਰੰਸ ਕਰ ਰਹੇ ਸੀ, ਇਮੋਸ਼ਨਲ ਬਲੈਕਮੇਲ ਕਰ ਰਹੇ ਸੀ ਲੋਕਾਂ ਨੂੰ ਕਿ ਤਾਂ ਜੀ ਰਾਜਨੀਤੀ ਬਦਲਾ ਲੈ ਰਹੇ ਨੇ। ਰਾਜਨੀਤਿਕ ਬਦਲਾਖੋਰੀ ਉਦੋਂ ਹੁੰਦੀ ਹੈ ਜਦੋਂ ਕਿਸੇ ਝੂਠੇ ਬੰਦੇ 'ਤੇ
ਰਾਜਨੀਤਿਕ ਜਿਹੜੀ ਬਦਲਾਖੋਰੀ ਆ ਉਦੋਂ ਹੁੰਦੀ ਹੈ ਜਦੋਂ ਕਿ ਸੱਚੇ ਬੰਦੇ 'ਤੇ ਝੂਠਾ ਪਰਚਾ ਪਾ ਦਿਓ। ਦਿਲ ਸਾਹਿਬ ਐਂ ਨਹੀਂ ਕਰੀਦਾ ਹੁੰਦਾ, ਮੈਨੂੰ ਪਤਾ ਤੁਹਾਡਾ ਇਹ ਬਹੁਤ ਹੀ ਚਲਾਕੀ ਵਾਲਾ ਅੰਦਾਜ਼ ਹੈ, ਤੁਸੀਂ ਆਪਦੇ ਪੁੱਤ ਨੂੰ ਬਚਾਉਂਦੇ ਫਿਰਦੇ ਹੋ। ਤੁਸੀਂ ਇਹ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਮੈਂ ਕੱਪੜੇ ਲੈ ਕੇ ਆ ਗਿਆ, ਹੈ ਜੀ ਮੈਨੂੰ ਫੜ ਲਓ ਜੀ ਜੇਲ੍ਹ 'ਚ ਲੈ ਜਾਓ। ਇਹ ਇਹਨਾਂ ਦਾ ਪੁਰਾਣਾ ਅੰਦਾਜ਼ ਹੈ, ਪਹਿਲਾਂ ਜਥੇਦਾਰਾਂ ਨੂੰ ਇਹ ਮਗਰ ਲਾ ਲੈਂਦੇ ਸੀ, ਹੁਣ ਯੂਥ ਹੈ, ਇਹਨਾਂ ਨੂੰ ਸਾਰਾ ਪਤਾ, ਵਟਸਐਪ ਯੂਟਿਊਬ ਇਹਨਾਂ ਨੂੰ ਸਾਰਾ ਪਤਾ, ਗੱਲ ਕਿੱਥੋਂ ਸ਼ੁਰੂ ਹੋਈ ਸੀ, ਕਿੱਥੇ ਜਾ ਕੇ ਮੁੱਕੀ ਹੈ, ਕੌਣ ਜ਼ਿੰਮੇਵਾਰ ਹੈ, ਠੀਕ ਹੈ ਨਾ। ਔਰ ਜੇ ਕਿਤੇ SIT ਨੇ ਪੂਰੀ ਜਿਸ ਤਰੀਕੇ ਨਾਲ ਲੱਗੀ ਹੋਈ ਹੈ, ਇਹਨਾਂ 'ਤੇ ਕੋਈ ਪੋਲੀਟੀਕਲ ਪ੍ਰੈਸ਼ਰ ਨਾ ਪਾਇਆ ਗਿਆ ਸਰਕਾਰ ਵੱਲੋਂ, ਇਹ ਪਿਓ ਪੁੱਤ 'ਤੇ ਸ਼ਿਕੰਜਾ ਕੱਸਿਆ ਗਿਆ, ਤਾਂ ਬਾਦਲ ਸਾਹਿਬ ਤੁਹਾਨੂੰ ਕੱਪੜੇ ਲਿਜਾਣ ਦੀ ਲੋੜ ਨਹੀਂ ਆਪਦੇ ਘਰੋਂ। ਦੋਸ਼ੀਆਂ ਨੂੰ ਜੇਲ੍ਹ 'ਚ ਵਰਦੀਆਂ ਮਿਲਦੀਆਂ ਹੁੰਦੀਆਂ ਨੇ, ਤੁਹਾਡੇ ਵਾਲੀ ਵਰਦੀ ਤਿਆਰ ਪਈ ਹੈ, ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ। ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਵਰਿੰਦਰ ਸਿੰਘ ਜੀ ਨੇ ਇਲੈਕਸ਼ਨ ਤੋਂ ਪਹਿਲਾਂ ਵੀ ਅਤੇ ਬਾਅਦ ਵੀ ਔਰ ਕਮਿਸ਼ਨ ਬਣਨ ਵੇਲੇ ਸਿੱਟ ਬਣਨ ਵੇਲੇ ਇਹ ਪਹਿਲਾਂ ਹੀ ਆਉਂਦੇ ਰਹੇ ਹੈ ਕਿ ਬਾਦਲਾਂ ਨੂੰ ਅੰਦਰ ਦੇਣ। ਇਸੇ ਤਰ੍ਹਾਂ ਸਟੇਟ ਪ੍ਰੈਜ਼ੀਡੈਂਟ ਜਿਹੜੇ ਕਾਂਗਰਸ ਦੇ ਹੈ ਉਹਨਾਂ ਦੇ ਮੁਖਾਰਬਿੰਦ ਤੋਂ ਵੀ ਇਹੀ ਲਫ਼ਜ਼ ਨਿਕਲਦੇ ਰਹੇ, ਜਿਵੇਂ ਇਹਨਾਂ ਦੀ ਗੌਰਮੈਂਟ ਦੀ ਪੋਲਿਸੀ ਜਾਂ 1-point ਏਜੰਡਾ ਇਹੀ ਹੋਵੇ ਕਿ ਕੋਈ ਵੀ ਤਰੀਕਾ ਨਿਕਲੇ ਬਾਦਲਾਂ ਨੂੰ ਅੰਦਰ ਦੇਣਾ। ਮੈਂ 2 ਦਿਨ ਪਹਿਲਾਂ, ਮੇਰੀ ਸਿਹਤ ਚੰਗੀ ਨਹੀਂ, ਹੁਣ ਵੀ ਨਹੀਂ ਚੰਗੀ, ਅਤੇ ਮੈਂ ਸਪੀਕਰ ਸਾਹਿਬ ਤੋਂ ਇਜਾਜ਼ਤ ਲੈ ਕੇ ਪਿੰਡ ਚਲਾ ਗਿਆ ਸਾਂ, ਅਤੇ ਮੈਂ ਸਰਦਾਰ ਅਮਰਿੰਦਰ ਸਿੰਘ ਦੀ ਸਪੀਚ ਸੁਣੀ ਜੋ ਉਹਨਾਂ ਨੇ ਹਾਊਸ ਦਿੱਤੀ, ਉਹਨਾਂ ਦੇ ਵਕੀਲ ਨੇ ਵੀ ਜੋ ਕਿਹਾ, ਤਾਂ ਇਹੋ ਤਾਂ ਉਹਨਾਂ ਨੇ ਕਿਹਾ ਕਿ ਬਾਦਲ ਨੂੰ ਫੜਨਾ, ਹਾਈ ਅਪਸ ਤਾਈਂ ਜਾਣਾ, ਅਤੇ ਮੈਂ ਖੁਦ ਫਿਰ ਉੱਥੋਂ ਉਸੇ ਵੇਲੇ ਅੱਜ ਸੁਬਾਹ ਚੱਲਿਆ ਅਤੇ ਇੱਥੇ ਆ ਕੇ ਪਹੁੰਚਿਆ, ਔਰ ਉੱਥੇ DGP ਸਾਹਿਬ ਨੂੰ ਵੀ ਮੈਂ ਟੈਲੀਫੋਨ ਕੀਤਾ ਕਿ DGP ਸਾਹਿਬ ਤੁਹਾਡੇ ਚੀਫ ਮਿਨਿਸਟਰ ਸਾਹਿਬ ਵੀ ਆਉਂਦੇ ਹੈ, ਤੁਹਾਡੇ ਅਟਾਰਨੀ ਵੀ ਆਉਂਦੇ ਹੈ, ਔਰ ਮੈਨੂੰ ਪਤਾ ਵੀ ਹੈ ਕਿ ਜੋ ਕੁਛ ਇਹ ਹੋ ਰਿਹਾ ਹੈ ਇਹ ਪੋਲੀਟੀਕਲੀ ਹੋ ਰਿਹਾ, ਕੋਈ ਇਨਸਾਫ ਜਾਂ ਕਿਸੇ ਇਸ਼ੂ ਨਾਲ ਇਹਨਾਂ ਦੀ ਹਮਦਰਦੀ ਨਹੀਂ, ਇਹ ਸਿਰਫ ਅਤੇ ਸਿਰਫ ਇਹ ਹੈ ਕਿ ਕਿਸੇ ਤਰੀਕੇ ਨਾਲ ਇਹੋ ਜਿਹਾ ਐਟਮੋਸਫੀਅਰ ਬਣਾਈਏ ਕਿ ਬਾਦਲ ਨੂੰ ਗ੍ਰਿਫਤਾਰ ਕੀਤਾ ਜਾਏ। ਮੈਂ DGP ਸਾਹਿਬ ਨੂੰ ਆਖਿਆ ਕਿ ਤੁਹਾਨੂੰ ਕੋਈ ਤਰੱਦਤ ਕਰਨ ਦੀ ਲੋੜ ਨਹੀਂ, ਮੈਂ ਇਸੇ ਕੰਮ ਆਇਆ ਅਤੇ ਤੁਸੀਂ ਕਹੋ ਤਾਂ ਮੈਂ ਹੁਣੇ ਆ ਜਾਂਦਾ ਜਾਂ ਵੇਟ ਕਰ ਲੈਂਦਾ, ਜਾਂ ਜਿਸ ਵੇਲੇ ਜਿੱਥੇ ਵੀ ਤੁਸੀਂ ਮੈਨੂੰ ਆਖੋ ਮੈਂ ਉੱਥੇ ਆ ਜਾਣਾ, ਕੋਈ ਡਰਾਮੇ ਜੇ ਕਰਨ ਦੀ ਲੋੜ ਨਹੀਂ। ਅਤੇ ਮੈਂ ਬਿਲਕੁਲ ਤਿਆਰੀ ਆਪਦੀ ਕਿੱਟ ਲੈ ਕੇ ਆਇਆ ਅਤੇ ਆ ਕੇ, ਅੱਗੇ ਵੀ ਮੇਰੀ ਕਿੱਟ ਹੁੰਦੀ ਸੀਗੀ ਜਦੋਂ ਮੈਂ ਰੱਖਦਾ ਹੁੰਦਾ, ਜਦੋਂ ਮੈਨੂੰ ਕਾਂਗਰਸ ਵਾਲਾ ਦਿਆ ਮੈਂ ਆਪਦਾ ਬਿਸਤਰਾ ਬੋਰੀਆ ਬੰਨ੍ਹ ਕੇ ਹਾਜ਼ਰ ਹੋ ਜਾਂਦਾ ਸਰ, ਅਤੇ ਹੁਣ ਵੀ ਹਾਜ਼ਰ ਹਾਂ।